ਜਿਹੜੀਆਂ ਰਾਤ ਜਿੱਦਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਸੀ, ਜਿਹੜੀਆਂ ਵੋਟਾਂ ਦੇ ਬੂਥ ਦਾ ਸਮਾਨ ਲੈ ਕੇ ਆਏ ਸਾਰਾ, ਪਰਚੀਆਂ ਵਗੈਰਾ, ਉਹ ਜਿਹੜੀਆਂ ਰਾਤ ਪਰਚੀਆਂ ਜਿਹੜੀ ਮੈਡਮ ਦੀਆਂ ਡਿਊਟੀਆਂ, ਉਹ ਕਹਿੰਦੇ ਰਾਤ ਅਸੀਂ ਸਵੇਰੇ ਉੱਠ ਕੇ ਗਿਣੀਆਂ ਰਾਤ ਵੀ ਪਹਿਲਾਂ ਸਹੀ 100-100 ਦੇ ਬੰਡਲ ਵੱਜੇ ਸੀ, ਜਿਹੜੀਆਂ ਹੁਣ ਜਦੋਂ ਪਾਉਣ ਗਏ ਵੋਟਾਂ 7 ਨੰਬਰ ਬੋਰਡ ਤੀਕਰ ਸਹੀ 1 ਤੋਂ ਲੈ ਕੇ 7 ਤੀਕਰੇ ਵੋਟਾਂ ਪਈਆਂ, 7 ਜਣੇ ਭੁਗਤੇ ਆ, 7ਵੇਂ ਤੋਂ ਬਾਅਦ 'ਚ 8ਵੀਂ ਬੋਰਡ ਜਿਹੜੀ ਉਹ ਗਾਇਬ ਹੋ ਗਈ ਆ। 8ਵੀਂ ਬਾਅਦ 'ਤੇ ਉਹ ਜਦੋਂ ਗਾੜੀ ਮੁੜ ਕੇ ਪਲੰਦਾ ਫੋਲਿਆ ਰੌਲਾ ਪਿਆ, ਉਹ 41 ਨੰਬਰ ਬੋਰਡ ਗਾਇਬ ਆ, 55 ਨੰਬਰ ਗਾਇਬ ਆ, 50 ਨੰਬਰ ਗਾਇਬ ਆ, 55 ਨੰਬਰ ਗਾਇਬ ਆ, 60 ਨੰਬਰ ਗਾਇਬ ਆ, ਇੱਦਾਂ ਕਰਦਿਆਂ ਕਰਦਿਆਂ 100-150 ਬੋਰਡ ਜਿਹੜੀ 300-425 ਵੋਟਾਂ ਪਿੰਡ ਕੋਟਰ ਜਾਦੇ ਦੀਆਂ ਹੈਗੀਆਂ ਵਾ, ਜਿਨ੍ਹਾਂ ਵਿੱਚੋਂ 100 ਵੋਟ ਅਤੇ 125 ਵੋਟ ਜਿਹੜੀ ਆ ਉੱਦਾਂ ਹੀ ਵਿੱਚੋਂ ਡਾਈ ਗਈ ਆ। ਇਹ ਪ੍ਰਸ਼ਾਸਨ ਜ਼ਿੰਮੇਵਾਰ ਆ, ਇਹਨਾਂ ਰਾਤ ਕੀ ਕੀਤਾ ਵਾ ਕੀ ਨਹੀਂ ਕੀਤਾ ਉਹ ਇਹ ਜ਼ਿੰਮੇਵਾਰ ਆ। ਇਹ ਪਿੰਡ ਦੀ ਜਿਹੜੀ ਪੋਲਿੰਗ ਬੂਥ ਆ ਅਸੀਂ ਬੰਦ ਕਰ ਦਿੱਤਾ ਵਾ, ਪ੍ਰਸ਼ਾਸਨ ਆ ਕੇ ਜਵਾਬ ਦੇਵੇ, ਉਹ ਪਰਚੀਆਂ ਪੂਰੀਆਂ ਕੀਤੀਆਂ ਜਾਣ ਫੇਲ ਪੋਲਿੰਗ ਚੱਲੂਗੀ। ਜਿਹੜੀਆਂ ਰਾਤ ਜਿੱਦਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਸੀ, ਜਿਹੜੀਆਂ ਵੋਟਾਂ ਦੇ ਬੂਥ ਦਾ ਸਮਾਨ ਲੈ ਕੇ ਆਏ ਸਾਰਾ, ਪਰਚੀਆਂ ਵਗੈਰਾ, ਉਹ ਜਿਹੜੀਆਂ ਰਾਤ ਪਰਚੀਆਂ ਜਿਹੜੀ ਮੈਡਮ ਦੀਆਂ ਡਿਊਟੀਆਂ, ਉਹ ਕਹਿੰਦੇ ਰਾਤ ਅਸੀਂ ਸਵੇਰੇ ਉੱਠ ਕੇ ਗਿਣੀਆਂ ਰਾਤ ਵੀ ਪਹਿਲਾਂ ਸਹੀ 100-100 ਦੇ ਬੰਡਲ ਵੱਜੇ ਸੀ, ਜਿਹੜੀਆਂ ਹੁਣ ਜਦੋਂ ਪਾਉਣ ਗਏ ਵੋਟਾਂ 7 ਨੰਬਰ ਬੋਰਡ ਤੀਕਰ ਸਹੀ 1 ਤੋਂ ਲੈ ਕੇ 7 ਤੀਕਰੇ ਵੋਟਾਂ ਪਈਆਂ, 7 ਜਣੇ ਭੁਗਤੇ ਆ, 7ਵੇਂ ਤੋਂ ਬਾਅਦ 'ਚ 8ਵੀਂ ਬੋਰਡ ਜਿਹੜੀ ਉਹ ਗਾਇਬ ਹੋ ਗਈ ਆ। 8ਵੀਂ ਬਾਅਦ 'ਤੇ ਉਹ ਜਦੋਂ ਗਾੜੀ ਮੁੜ ਕੇ ਪਲੰਦਾ ਫੋਲਿਆ ਰੌਲਾ ਪਿਆ, ਉਹ 41 ਨੰਬਰ ਬੋਰਡ ਗਾਇਬ ਆ, 55 ਨੰਬਰ ਗਾਇਬ ਆ, 50 ਨੰਬਰ ਗਾਇਬ ਆ, 55 ਨੰਬਰ ਗਾਇਬ ਆ, 60 ਨੰਬਰ ਗਾਇਬ ਆ, ਇੱਦਾਂ ਕਰਦਿਆਂ ਕਰਦਿਆਂ 100-150 ਬੋਰਡ ਜਿਹੜੀ 300-425 ਵੋਟਾਂ ਪਿੰਡ ਕੋਟਰ ਜਾਦੇ ਦੀਆਂ ਹੈਗੀਆਂ ਵਾ, ਜਿਨ੍ਹਾਂ ਵਿੱਚੋਂ 100 ਵੋਟ ਅਤੇ 125 ਵੋਟ ਜਿਹੜੀ ਆ ਉੱਦਾਂ ਵਿੱਚੋਂ ਡਾਈ ਗਈ ਆ। ਇਹ ਪ੍ਰਸ਼ਾਸਨ ਜ਼ਿੰਮੇਵਾਰ ਆ, ਇਹਨਾਂ ਰਾਤ ਕੀ ਕੀਤਾ ਵਾ ਕੀ ਨਹੀਂ ਕੀਤਾ ਉਹ ਇਹ ਜ਼ਿੰਮੇਵਾਰ ਆ। ਇਹ ਪਿੰਡ ਦੀ ਜਿਹੜੀ ਪੋਲਿੰਗ ਬੂਥ ਆ ਅਸੀਂ ਬੰਦ ਕਰ ਦਿੱਤਾ ਵਾ, ਪ੍ਰਸ਼ਾਸਨ ਆ ਕੇ ਜਵਾਬ ਦੇਵੇ, ਉਹ ਪਰਚੀਆਂ ਪੂਰੀਆਂ ਕੀਤੀਆਂ ਜਾਣ ਫੇਲ ਪੋਲਿੰਗ ਚੱਲੂਗੀ। ਜਿਹੜੀਆਂ ਰਾਤ ਜਿੱਦਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਸੀ, ਜਿਹੜੀਆਂ ਵੋਟਾਂ ਦੇ ਬੂਥ ਦਾ ਸਮਾਨ ਲੈ ਕੇ ਆਏ ਸਾਰਾ, ਪਰਚੀਆਂ ਵਗੈਰਾ, ਉਹ ਜਿਹੜੀਆਂ ਰਾਤ ਪਰਚੀਆਂ ਜਿਹੜੀ ਮੈਡਮ ਦੀਆਂ ਡਿਊਟੀਆਂ, ਉਹ ਕਹਿੰਦੇ ਰਾਤ ਅਸੀਂ ਸਵੇਰੇ ਉੱਠ ਕੇ ਗਿਣੀਆਂ ਰਾਤ ਵੀ ਪਹਿਲਾਂ ਸਹੀ 100-100 ਦੇ ਬੰਡਲ ਵੱਜੇ ਸੀ, ਜਿਹੜੀਆਂ ਹੁਣ ਜਦੋਂ ਪਾਉਣ ਗਏ ਵੋਟਾਂ 7 ਨੰਬਰ ਬੋਰਡ ਤੀਕਰ ਸਹੀ 1 ਤੋਂ ਲੈ ਕੇ 7 ਤੀਕਰੇ ਵੋਟਾਂ ਪਈਆਂ, 7 ਜਣੇ ਭੁਗਤੇ ਆ, 7ਵੇਂ ਤੋਂ ਬਾਅਦ 'ਚ 8ਵੀਂ ਬੋਰਡ ਜਿਹੜੀ ਉਹ ਗਾਇਬ ਹੋ ਗਈ ਆ। 8ਵੀਂ ਬਾਅਦ 'ਤੇ ਉਹ ਜਦੋਂ ਗਾੜੀ ਮੁੜ ਕੇ ਪਲੰਦਾ ਫੋਲਿਆ ਰੌਲਾ ਪਿਆ, ਉਹ 41 ਨੰਬਰ ਬੋਰਡ ਗਾਇਬ ਆ, 55 ਨੰਬਰ ਗਾਇਬ ਆ, 50 ਨੰਬਰ ਗਾਇਬ ਆ, 55 ਨੰਬਰ ਗਾਇਬ ਆ, 60 ਨੰਬਰ ਗਾਇਬ ਆ, ਇੱਦਾਂ ਕਰਦਿਆਂ ਕਰਦਿਆਂ 100-150 ਬੋਰਡ ਜਿਹੜੀ 300-425 ਵੋਟਾਂ ਪਿੰਡ ਕੋਟਰ ਜਾਦੇ ਦੀਆਂ ਹੈਗੀਆਂ ਵਾ, ਜਿਨ੍ਹਾਂ ਵਿੱਚੋਂ 100 ਵੋਟ ਅਤੇ 125 ਵੋਟ ਜਿਹੜੀ ਆ ਉੱਦਾਂ ਹੀ ਵਿੱਚੋਂ ਡਾਈ ਗਈ ਆ। ਇਹ ਪ੍ਰਸ਼ਾਸਨ ਜ਼ਿੰਮੇਵਾਰ ਆ, ਇਹਨਾਂ ਰਾਤ ਕੀ ਕੀਤਾ ਵਾ ਕੀ ਨਹੀਂ ਕੀਤਾ ਉਹ ਇਹ ਜ਼ਿੰਮੇਵਾਰ ਆ। ਇਹ ਪਿੰਡ ਦੀ ਜਿਹੜੀ ਪੋਲਿੰਗ ਬੂਥ ਆ ਅਸੀਂ ਬੰਦ ਕਰ ਦਿੱਤਾ ਵਾ, ਪ੍ਰਸ਼ਾਸਨ ਆ ਕੇ ਜਵਾਬ ਦੇਵੇ, ਉਹ ਪਰਚੀਆਂ ਪੂਰੀਆਂ ਕੀਤੀਆਂ ਜਾਣ ਫੇਲ ਪੋਲਿੰਗ ਚੱਲੂਗੀ। ਜਿਹੜੀਆਂ ਰਾਤ ਜਿੱਦਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਸੀ, ਜਿਹੜੀਆਂ ਵੋਟਾਂ ਦੇ ਬੂਥ ਦਾ ਸਮਾਨ ਲੈ ਕੇ ਆਏ ਸਾਰਾ, ਪਰਚੀਆਂ ਵਗੈਰਾ, ਉਹ ਜਿਹੜੀਆਂ ਰਾਤ ਪਰਚੀਆਂ ਜਿਹੜੀ ਮੈਡਮ ਦੀਆਂ ਡਿਊਟੀਆਂ, ਉਹ ਕਹਿੰਦੇ ਰਾਤ ਅਸੀਂ ਸਵੇਰੇ ਉੱਠ ਕੇ ਗਿਣੀਆਂ ਰਾਤ ਵੀ ਪਹਿਲਾਂ ਸਹੀ 100-100 ਦੇ ਬੰਡਲ ਵੱਜੇ ਸੀ, ਜਿਹੜੀਆਂ ਹੁਣ ਜਦੋਂ ਪਾਉਣ ਗਏ ਵੋਟਾਂ 7 ਨੰਬਰ ਬੋਰਡ ਤੀਕਰ ਸਹੀ 1 ਤੋਂ ਲੈ ਕੇ 7 ਤੀਕਰੇ ਵੋਟਾਂ ਪਈਆਂ, 7 ਜਣੇ ਭੁਗਤੇ ਆ, 7ਵੇਂ ਤੋਂ ਬਾਅਦ 'ਚ 8ਵੀਂ ਬੋਰਡ ਜਿਹੜੀ ਉਹ ਗਾਇਬ ਹੋ ਗਈ ਆ। 8ਵੀਂ ਬਾਅਦ 'ਤੇ ਉਹ ਜਦੋਂ ਗਾੜੀ ਮੁੜ ਕੇ ਪਲੰਦਾ ਫੋਲਿਆ ਰੌਲਾ ਪਿਆ, ਉਹ 41 ਨੰਬਰ ਬੋਰਡ ਗਾਇਬ ਆ, 55 ਨੰਬਰ ਗਾਇਬ ਆ, 50 ਨੰਬਰ ਗਾਇਬ ਆ, 55 ਨੰਬਰ ਗਾਇਬ ਆ, 60 ਨੰਬਰ ਗਾਇਬ ਆ, ਇੱਦਾਂ ਕਰਦਿਆਂ ਕਰਦਿਆਂ 100-150 ਬੋਰਡ ਜਿਹੜੀ 300-425 ਵੋਟਾਂ ਪਿੰਡ ਕੋਟਰ ਜਾਦੇ ਦੀਆਂ ਹੈਗੀਆਂ ਵਾ, ਜਿਨ੍ਹਾਂ ਵਿੱਚੋਂ 100 ਵੋਟ ਅਤੇ 125 ਵੋਟ ਜਿਹੜੀ ਆ ਉੱਦਾਂ ਹੀ ਵਿੱਚੋਂ ਡਾਈ ਗਈ ਆ। ਇਹ ਪ੍ਰਸ਼ਾਸਨ ਜ਼ਿੰਮੇਵਾਰ ਆ, ਇਹਨਾਂ ਰਾਤ ਕੀ ਕੀਤਾ ਵਾ ਕੀ ਨਹੀਂ ਕੀਤਾ ਉਹ ਇਹ ਜ਼ਿੰਮੇਵਾਰ ਆ। ਇਹ ਪਿੰਡ ਦੀ ਜਿਹੜੀ ਪੋਲਿੰਗ ਬੂਥ ਆ ਅਸੀਂ ਬੰਦ ਕਰ ਦਿੱਤਾ ਵਾ, ਪ੍ਰਸ਼ਾਸਨ ਆ ਕੇ ਜਵਾਬ ਦੇਵੇ, ਉਹ ਪਰਚੀਆਂ ਪੂਰੀਆਂ ਕੀਤੀਆਂ ਜਾਣ ਫੇਲ ਪੋਲਿੰਗ ਚੱਲੂਗੀ।